मुख्यमंत्री के नाम ना तुहानू जाने जांदा वा। ये तुसीं पहलां अपने पिंड एक्टिंग करदे घर करदे सी किद्दां सी? गैंगलैंड जिंद माई जेलां च फोन हमर विच रोया, इन्हां गाणिआं च धमक पैंदी बेस पाड़दी आ, उह फिर नचण भुड़कण दा नज़ारा आउंदा वा। गाने लाउण डिआ सी तां कलैण पुणा जिहा, किथे मर गया सोहणिआ, किथे बहि गया, बोलदिआं बोलदिआं दसदिआं दसदिआं वीडियो बणाती तां अपना कम्म चल गिआ। हां जी, हुण आउण वाले समें दे विच वी धमक पाओगे? ਤੁਸੀਂ ਜਿਨ੍ਹਾਂ ਨੂੰ ਬਹੁਤ ਵਾਰ ਗਾਣਿਆਂ ਦੇ ਵਿੱਚ ਵੇਖਿਆ ਮੁੱਖ ਮੰਤਰੀ ਦੇ ਨਾਮ ਨਾਲ, ਉਹਨਾਂ ਦੇ ਨਾਲ ਜਾਣਕਾਰੀ ਲਵਾਂਗੇ ਅਤੇ ਉਹਨਾਂ ਦੀਆਂ ਕਿੰਨੀਆਂ ਕਹਿਟਾਂ 'ਚ ਉਹਨਾਂ ਨੇ ਕੰਮ ਕੀਤਾ ਅਤੇ ਕਿੱਥੋਂ ਦੇ ਰਹਿਣ ਵਾਲੇ ਨੇ। ਹਾਂਜੀ ਸਰ, ਪਹਿਲਾਂ ਤਾਂ ਇਹ ਦੱਸੋ ਮੁੱਖ ਮੰਤਰੀ ਸਾਹਿਬ ਕਿ ਤੁਹਾਡਾ ਪੂਰਾ ਨਾਂ ਕੀ? ਹਾਂਜੀ, ਆਪਣਾ ਪੂਰਾ ਨਾਂ ਧਰਮਪ੍ਰੀਤ ਸਿੰਘ ਹੈ। ਕਿੰਨੀਆਂ ਆਪਣੀਆਂ ਵੀਡੀਓ ਆ ਚੁੱਕੀਆਂ? ਹਾਂਜੀ, ਆਪਣੀਆਂ ਵੀਡੀਓ ਤਾਂ ਲੱਖਾਂ ਆ ਚੁੱਕੀਆਂ ਜੀ, ਵੀਡੀਓ ਤਾਂ ਸਾਰਿਆਂ ਦੇਖੀਆਂ, ਵੀਡੀਓ ਆਪਣੇ ਫੋਨਾਂ 'ਤੇ ਬਹੁਤ ਜ਼ਿਆਦੀਆਂ ਆ ਚੁੱਕੀਆਂ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ, ਕਿਹੜੇ ਜ਼ਿਲ੍ਹੇ ਦੇ? ਹਾਂਜੀ, ਆਪਣਾ ਪਿੰਡ ਦੀਨੇ ਵਾਲਿਆ, ਜ਼ਿਲ੍ਹਾ ਆਪਣਾ ਤਰਨ ਤਾਰਨ ਹੈ। ਹਾਂਜੀ, ਤੁਸੀਂ ਜਿਹੜਾ ਇਹ ਵੀਡੀਓ ਦੇ ਵਿੱਚ ਆਉਂਦੇ, ਤੁਹਾਡਾ ਇੱਕ ਨਾਮ ਬਣ ਗਿਆ ਮੁੱਖ ਮੰਤਰੀ ਦੇ ਨਾਂ ਨਾਲ ਤੁਹਾਨੂੰ ਜਾਣਿਆ ਜਾਂਦਾ ਵਾ, ਇਹ ਤੁਸੀਂ ਪਹਿਲਾਂ ਆਪਣੇ ਪਿੰਡ ਐਕਟਿੰਗ ਕਰਦੇ ਘਰ ਕਰਦੇ ਸੀ ਕਿੱਦਾਂ ਸੀ? ਹਾਂਜੀ, ਆਪਾਂ ਪਿੰਡ ਐਕਟਿੰਗ ਤਾਂ ਕਰੀ ਦੀ, ਹਾਂਜੀ ਇੱਦਾਂ ਆਪਾਂ ਛੋਟੀਆਂ ਛੋਟੀਆਂ ਵੀਡੀਓ ਪਾਈ ਦੀਆਂ ਸੀ ਫੋਨਾਂ 'ਤੇ ਬਣਾ ਬਣਾ ਕੇ, ਹਾਂਜੀ ਹਾਸੇ ਮਖੌਲ ਵਾਲੀਆਂ ਇੱਦਾਂ ਛੋਟੇ ਛੋਟੇ ਗਾਣੇ ਗਾ ਕੇ ਪਾਈ ਦੇ, ਹਾਂਜੀ ਉਹ ਫਿਰ ਵੀਡੀਓ ਇੱਦਾਂ ਚੱਲਦੀਆਂ ਸੀ, ਗਾਂਹ ਦੀ ਗਾਂਹ ਕੰਮ ਤੁਰਦਾ। ਹਾਂਜੀ, ਉਹ ਆਪਣਾ ਧਮਕ ਪਤਾ ਕਿੱਥੋਂ ਪਈ ਆ? ਧਮਕ ਬੇਸ ਆਪਾਂ ਇੱਥੋਂ ਆਪਣੀ ਬੇਸ ਆਪਣੀ ਬਣੀ ਆ, ਆਪਾਂ ਵਿਆਹ ਗਏ ਹਾਂ, ਉੱਥੇ ਗਾਣੇ ਹੋਰ ਲਾਉਣ ਡਿਆ, ਦੁੱਖ ਭਰੇ ਜੇ ਕਲੈਣ ਪੁਣੇ ਜੇ ਵਾਲੇ, ਵੀ ਜਿੱਦਾਂ ਠੇਸ ਜੀ ਪਹੁੰਚਦੀ ਦਿਮਾਗ ਨੂੰ, ਹੋਰ ਤਰ੍ਹਾਂ ਜੇ ਦੁੱਖ ਜੇ ਵਾਲੇ ਗਾਣੇ ਲਾਉਣ ਡਿਆ ਹੈ, ਗਾਣੇ ਲਾਉਣ ਡਿਆ ਸੀ ਤਾਂ ਕਲੈਣ ਪੁਣਾ ਜਿਹਾ, ਕਿੱਥੇ ਮਰ ਗਿਆ ਸੋਹਣਿਆ, ਕਿੱਥੇ ਬਹਿ ਗਿਆ, ਅਤੇ ਮੈਂ ਕਿਹਾ ਗਾਣੇ ਵਧੀਆ ਲਾਓ ਜਿੰਨਾ ਧਮਕ ਪੈਂਦੀ ਬੇਸ ਪਾੜਦੀ ਆ, ਅਤੇ ਉਹ ਨੱਚਣ ਭੁੜਕਣ ਦਾ ਨਜ਼ਾਰਾ ਆਉਂਦਾ ਡਾਂਸ ਕਰਨ ਦਾ, ਅਤੇ ਉਹ ਗਾਣਿਆਂ ਦੇ ਨਾਂ ਹੈਗੇ ਸੀ ਗੈਂਗਲੈਂਡ ਜਿੰਦ ਮਾਈ ਜੇਲ੍ਹਾਂ 'ਚ ਫੋਨ ਹਮਰ ਵਿੱਚ ਰੋਇਆ, ਜਿੱਦਾਂ ਮਣਕੇਰ ਤੌਲਖ ਭਾਅ ਜੀ ਦੇ ਗਾਣੇ ਆ, ਏ ਪੀ ਢਿੱਲੋਂ ਭਾਅ ਜੀ ਉਹਨਾਂ ਦੇ ਗਾਣੇ ਆ, ਨਵੇਂ ਨਵੇਂ ਜਿਹੜੇ ਮੋਟੇ ਮੋਟੇ ਸਿੰਗਰ ਆ ਜਿਨ੍ਹਾਂ ਦੇ ਗਾਣੇ ਵਾ, ਗੈਂਗਲੈਂਡ ਜਿੰਦ ਮਾਈ ਜੇਲ੍ਹਾਂ 'ਚ ਫੋਨ ਹਮਰ ਵਿੱਚ ਰੋਇਆ, ਇਹਨਾਂ ਗਾਣਿਆਂ 'ਚ ਧਮਕ ਪੈਂਦੀ ਬੇਸ ਪਾੜਦੀ ਆ, ਉਹ ਫਿਰ ਨੱਚਣ ਭੁੜਕਣ ਦਾ ਨਜ਼ਾਰਾ ਆਉਂਦਾ ਵਾ, ਅਤੇ ਉਹ ਫਿਰ ਮੈਂ ਦੱਸਣ ਡਿਆ ਉਹਨਾਂ ਨੂੰ ਵੀ ਇਹ ਗਾਣੇ ਲਾਓ, ਇਹਨਾਂ 'ਚ ਧਮਕ ਪੈਂਦੀ ਆ, ਅਤੇ ਉਹ ਫਿਰ ਉਹਨਾਂ ਬੋਲਦਿਆਂ ਬੋਲਦਿਆਂ ਦੱਸਦਿਆਂ ਦੱਸਦਿਆਂ ਵੀਡੀਓ ਬਣਾਤੀ ਤਾਂ ਆਪਣਾ ਕੰਮ ਚੱਲ ਗਿਆ। ਹਾਂਜੀ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਧਮਕ ਪਾਓਗੇ? ਹਾਂਜੀ, ਧਮਕ ਤਾਂ ਆਪਣੀ ਪੈਂਦੀ ਰਹਿਣੀ, ਮਹਾਰਾਜ ਦੀ ਕਿਰਪਾ ਹੋਈ ਹੈ ਪਈ। ਹਾਂਜੀ, ਹੁਣ ਤਾਂ ਆਪਣੀ ਸਾਰੀ ਦੁਨੀਆ ਸਪੋਰਟ ਕਰ ਰਹੀ ਹੈ, ਸਾਰੀ ਦੁਨੀਆ ਦਾ ਬਹੁਤ ਧੰਨਵਾਦ, ਮਹਾਰਾਜ ਸਾਰਿਆਂ ਦਾ ਭਲਾ ਕਰੇ। ਹੁਣ ਅੱਗੇ ਕੋਈ ਵੀਡੀਓ ਜਾਂ ਕੋਈ ਛੋਟੀਆਂ ਫਿਲਮਾਂ ਦੇ ਵਿੱਚ ਕੰਮ ਕਰੋਗੇ? ਹਾਂਜੀ, ਆਪਣਾ ਹਾਂਜੀ ਅੱਗੇ ਤੋਂ ਆਪਾਂ ਕੰਮ ਕਰਨ ਜਾ ਰਹੇ, ਜੌਲ ਬਾਜਵਾ ਪ੍ਰੋਡਕਸ਼ਨ ਨਾਲ ਆਪਣਾ ਸਾਈਨ ਹੋ ਚੁੱਕੇ ਹਾਂ, ਜੌਲ ਬਾਜਵਾ ਪ੍ਰੋਡਕਸ਼ਨ ਕੰਪਨੀ ਆਪਾਂ ਨੂੰ ਸਾਈਨ ਕਰ ਚੁੱਕੇ ਆ, ਆਪਾਂ ਨੂੰ ਬੰਦੇ ਹੋ ਉਹਨਾਂ ਨਾਲ ਆਪਾਂ ਸਾਈਨ ਹੋ ਗਏ ਹਾਂ, ਉਹਨਾਂ ਆਪਣੇ ਛੋਟੇ ਛੋਟੇ ਮੂਵੀਆਂ ਕਰਨੀਆਂ ਵਾ, ਸੰਘਾ ਭਾਜੀ ਕਲਾਕਾਰ ਜਿਹੜੇ ਬਹੁਤ ਵਧੀਆ ਤਿੱਖੀ ਜਿਹੀ ਪੱਗ ਬੰਨਦੇ ਆ, ਸੰਘਾ ਭਾਜੀ ਉਹਨਾਂ ਨਾਲ ਆਪਣੇ ਵਧੀਆ ਵਧੀਆ ਸੌਂਗ ਆ ਰਹੇ ਆ, ਅਤੇ ਛੋਟੀਆਂ ਛੋਟੀਆਂ ਮੂਵੀ ਆਪਣੀਆਂ ਆ ਰਹੀਆਂ ਜੀ। ਧੰਨਵਾਦ।